ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਸੰਦੀਪ ਜੀ, ਤੁਹਾਨੂੰ ਪਹਿਲਾਂ ਵੀ ਕਾਲ ਕੀਤੀ ਸੀ, ਈਮੇਲ ਆਈ ਸੀ ਤੁਹਾਡੇ ਸਿਸਟਰ ਤੇ ਬ੍ਰਦਰ ਇਨ ਲਾਅ ਦਾ ਵੀਜ਼ਾ ਸੀਗਾ ਨਾ? ਹਾਂਜੀ, ਤੇ ਡਿਪਾਰਟਮੈਂਟ ਵੱਲੋਂ ਈਮੇਲ ਆਈ, ਉਹ ਕਹਿੰਦੇ ਪਹਿਲਾਂ ਵੀ ਰਿਫਿਊਜ਼ਲ ਸੀਗੀ ਉਹਨਾਂ ਦੀ। ਤਿੰਨ ਰਿਫਿਊਜ਼ਲ ਸੀਗੀਆਂ? ਕਿਹਨੇ ਅਪਲਾਈ ਕੀਤਾ ਸੀ ਪਹਿਲਾਂ? ਤੁਹਾਨੂੰ ਕਿਉਂ ਲੱਗਦਾ ਤਿੰਨ ਰਿਫਿਊਜ਼ਲਸ ਬਾਅਦ ਚੌਥੀ ਵਾਰੀ ਵੀਜ਼ਾ ਆ ਜਾਣਾ? ਹਾਂਜੀ, ਤੁਹਾਡਾ ਭਰੋਸਾ ਬਰਕਰਾਰ ਰੱਖ ਲੈਂਦੇ ਜੀ, ਵੀਜ਼ਾ ਆ ਗਿਆ ਦੋਨਾਂ ਦਾ। ਕੋਈ ਨਾ, ਹੁਣ ਤੁਸੀਂ ਚੱਕਰ ਲਾਈਓ ਤੇ ਡੱਬਾ ਲੈ ਕੇ ਆਈਓ ਸਾਡੇ ਲਈ। ਜ਼ਰੂਰ, ਹਾਂ ਜੀ, ਕਿਉਂਕਿ ਮੈਨੂੰ ਇੱਕ ਦੋ ਕੰਮ ਨੇ ਹੋਰ ਤਾਂ ਤੇ ਕਰਦੇ।